ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਣਮੋਲ ਵਿਚਾਰ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ। ਆਪਣੀ ਅੱਜ ਦੀ ਇਹ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਆ ਕਿ ਜੇਕਰ ਇਹ ਵੀਡੀਓ ਤੁਹਾਡੇ ਤੱਕ ਆ ਗਈ ਆ, ਤੁਸੀਂ ਸੁਣਨੀ ਸ਼ੁਰੂ ਕਰ ਦਿੱਤੀ ਆ, ਤਾਂ ਕਿਰਪਾ ਕਰਕੇ ਅੱਜ ਦੀ ਇਸ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਜੀ। ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਨ ਜਾ ਰਹੇ ਹਾਂ ਕਿ ਹਰ ਐਤਵਾਰ ਵਾਲੇ ਦਿਨ ਇਹ ਇੱਕ ਪਾਠ ਜ਼ਰੂਰ ਕਰਿਆ ਕਰੋ। ਤਾਂ ਕਿਹੜੇ ਪਾਠ ਬਾਰੇ ਆਪਾਂ ਗੱਲ ਕਰਨ ਜਾ ਰਹੇ ਹਾਂ ਅਤੇ ਐਤਵਾਰ ਵਾਲੇ ਦਿਨ ਇਹ ਪਾਠ ਕਰਨ ਨੂੰ ਕਿਉਂ ਕਿਹਾ ਹੈ, ਇਹ ਵੀ ਜ਼ਰੂਰ ਸੁਣਿਓ ਜੀ। ਕਈ ਵਾਰ ਆਪਾਂ ਅੱਧੀ ਅਧੂਰੀ ਗੱਲ ਸੁਣ ਕੇ ਗੱਲ ਦਾ ਮਤਲਬ ਗਲਤ ਕੱਢ ਲੈਂਦੇ ਹਾਂ, ਤਾਂ ਇਸ ਕਰਕੇ ਪਹਿਲਾਂ ਹੀ ਬੇਨਤੀ ਆ ਕਿ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਜੀ। ਤਾਂ ਆਓ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ। ਸੰਗਤ ਜੀ, ਹਰੇਕ ਗੁਰਸਿੱਖ ਦੇ ਲਈ ਜ਼ਰੂਰੀ ਆ ਕਿ ਉਹ ਰੋਜ਼ ਸਵੇਰੇ ਅੰਮ੍ਰਿਤ ਵੇਲੇ ਦੇ ਵਿੱਚ ਉੱਠ ਕੇ ਆਪਣੇ ਦਿਨ ਦੀ ਸ਼ੁਰੂਆਤ ਵਾਹਿਗੁਰੂ ਜੀ ਦੇ ਨਾਮ ਤੋਂ ਕਰੋ, ਵਾਹਿਗੁਰੂ ਜੀ ਦੇ ਸਿਮਰਨ ਤੋਂ ਕਰੇ। ਕੁਝ ਦੇਰ ਬੈਠ ਕੇ ਵਾਹਿਗੁਰੂ ਜੀ ਦਾ ਸਿਮਰਨ ਕਰਨਾ, ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਨਾ, ਫਿਰ ਇਸ਼ਨਾਨ ਕਰਕੇ ਗੁਰਬਾਣੀ ਦਾ ਪਾਠ ਕਰਨਾ ਚਾਹੀਦਾ ਹੈ। ਜੇਕਰ ਤੁਸੀਂ ਅੰਮ੍ਰਿਤ ਵੇਲੇ ਦੇ ਵਿੱਚ ਉੱਠ ਕੇ ਪੰਜ ਬਾਣੀਆਂ ਦਾ ਨਿਤਨੇਮ ਕਰਦੇ ਹੋ ਤਾਂ ਵੱਡੇ ਕਰਮਾਂ ਵਾਲੇ ਹੋ, ਵੱਡੇ ਭਾਗਾਂ ਵਾਲੇ ਹੋ, ਮੁਬਾਰਕ ਹੈ ਤੁਹਾਨੂੰ। ਪਰ ਜੇਕਰ ਤੁਸੀਂ ਅੰਮ੍ਰਿਤ ਵੇਲੇ ਉੱਠ ਕੇ ਪੰਜ ਬਾਣੀਆਂ ਦਾ ਨਿਤਨੇਮ ਨਹੀਂ ਕਰਦੇ ਤਾਂ ਘੱਟੋ ਘੱਟ ਇੱਕ ਜਪਜੀ ਸਾਹਿਬ ਜੀ ਦਾ ਪਾਠ ਤਾਂ ਹਰੇਕ ਨੂੰ ਕਰਨਾ ਚਾਹੀਦਾ ਹੈ। ਜਿਹੜੇ ਘੱਟ ਪੜ੍ਹੇ ਲਿਖੇ ਨੇ ਉਹ ਵਾਹਿਗੁਰੂ ਜੀ ਦਾ ਸਿਮਰਨ ਵਧਾ ਦਿਓ, ਉਹ ਮੂਲ ਮੰਤਰ ਜੀ ਦਾ ਜਾਪ ਕਰ ਲਓ। ਪਰ ਜਿਹੜੇ ਪੜ੍ਹੇ ਲਿਖੇ ਨੇ ਉਹਨਾਂ ਦੇ ਦਿਨ ਦੀ ਸ਼ੁਰੂਆਤ ਜਪਜੀ ਸਾਹਿਬ ਜੀ ਦੇ ਪਾਠ ਤੋਂ ਹੋਣੀ ਚਾਹੀਦੀ ਆ, ਤਾਂ ਹੀ ਉਹਨਾਂ ਦੀ ਪੜ੍ਹਾਈ ਲਿਖਾਈ ਦਾ ਫਾਇਦਾ ਹੈ। ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਬੇਅੰਤ ਕਿਰਪਾ ਹੁੰਦੀ ਆ। ਤਾਂ ਦਿਨ ਦੀ ਸ਼ੁਰੂਆਤ ਤਾਂ ਹੋ ਗਈ ਵਾਹਿਗੁਰੂ ਜੀ ਦੇ ਨਾਮ ਤੋਂ, ਸਿਮਰਨ ਤੋਂ, ਗੁਰਬਾਣੀ ਦੇ ਪਾਠ ਤੋਂ। ਇਸ ਤੋਂ ਇਲਾਵਾ ਵੀ ਸਾਨੂੰ ਦਿਨ ਦੇ ਵਿੱਚ ਇੱਕ ਬਾਣੀ ਹੋਰ ਪੜ੍ਹਨੀ ਚਾਹੀਦੀ ਆ। ਮਹਾਂਪੁਰਖ ਜੀ ਕਹਿੰਦੇ ਜਿਸ ਘਰ ਦੇ ਵਿੱਚ ਘਰ ਦਾ ਕੋਈ ਇੱਕ ਜੀਵ ਵੀ ਰੋਜ਼ਾਨਾ ਅੰਮ੍ਰਿਤ ਵੇਲੇ ਉੱਠਦਾ ਏ, ਅੰਮ੍ਰਿਤ ਵੇਲੇ ਦਾ ਨਿਤਨੇਮ ਨੇਮ ਦੇ ਨਾਲ ਨਿਭਾਉਂਦਾ ਏ ਅਤੇ ਨਾਲ ਨਾਲ ਸੁਖਮਣੀ ਸਾਹਿਬ ਜੀ ਦੀ ਬਾਣੀ ਦਾ ਪਾਠ ਕਰਦਾ ਏ ਨਾ, ਉਸ ਘਰ ਦੀ ਵਾਹ ਵੱਲ ਵੀ ਕੋਈ ਵੇਖ ਨਹੀਂ ਸਕਦਾ। ਉਸ ਘਰ ਪਰਿਵਾਰ ਦੇ ਉੱਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਬੇਅੰਤ ਕਿਰਪਾ ਹੁੰਦੀ ਆ। ਪਰ ਕੁਝ ਭੈਣ ਭਰਾ ਨੇ ਉਹ ਕਹਿ ਦਿੰਦੇ ਨੇ ਕਿ ਸਾਡੇ ਕੋਲੋਂ ਸੁਖਮਣੀ ਸਾਹਿਬ ਜੀ ਦੀ ਬਾਣੀ ਦਾ ਪਾਠ ਨਹੀਂ ਕੀਤਾ ਜਾਂਦਾ। ਕੁਝ ਭੈਣ ਭਰਾ ਨੌਕਰੀ ਪੇਸ਼ਾ ਨੇ ਜਾਂ ਕੰਮਾਂ ਕਾਰਾਂ ਦੇ ਰੁਝੇਵਿਆਂ ਦੇ ਕਰਕੇ ਉਹ ਕਹਿੰਦੇ ਵੀ ਸਾਡੇ ਕੋਲੋਂ ਅੰਮ੍ਰਿਤ ਵੇਲੇ ਦੇ ਨਿਤਨੇਮ ਦੇ ਨਾਲ ਨਾਲ ਘੰਟਾ ਸਵਾ ਘੰਟਾ ਹੋਰ ਨਹੀਂ ਕੱਢਿਆ ਜਾਂਦਾ, ਕਿਉਂਕਿ ਸੁਖਮਣੀ ਸਾਹਿਬ ਜੀ ਦਾ ਪਾਠ ਜਦੋਂ ਆਪਾਂ ਬੜੇ ਪਿਆਰ ਦੇ ਨਾਲ ਕਰਦੇ ਹਾਂ ਤਾਂ ਇੱਕ ਘੰਟਾ ਸਵਾ ਘੰਟਾ ਲੱਗ ਹੀ ਜਾਂਦਾ ਹੈ। ਕੁਝ ਭੈਣ ਭਰਾ ਆਪਣੀ ਸਰੀਰਕ ਪਰੇਸ਼ਾਨੀ ਦੱਸਦੇ ਆ ਵੀ ਅਸੀਂ ਇੱਕੋ ਚੌਂਕੜੇ ਦੇ ਵਿੱਚ ਪੂਰਾ ਸੁਖਮਣੀ ਸਾਹਿਬ ਜੀ ਦਾ ਪਾਠ ਨਹੀਂ ਕਰ ਪਾਉਂਦੇ, ਕੁਝ ਆਪਣੇ ਕੰਮਾਂ ਕਾਰਾਂ ਦੇ ਰੁਝੇਵਿਆਂ ਕਰਕੇ ਨਹੀਂ ਕਰ ਪਾਉਂਦੇ। ਤਾਂ ਉਹਨਾਂ ਦੇ ਅੱਗੇ ਬੇਨਤੀ ਆ ਕਿ ਜੇਕਰ ਤੁਸੀਂ ਹਰ ਰੋਜ਼ ਅੰਮ੍ਰਿਤ ਵੇਲੇ ਦੇ ਨਿਤਨੇਮ ਦੇ ਨਾਲ ਨਾਲ ਸੁਖਮਣੀ ਸਾਹਿਬ ਜੀ ਦੀ ਬਾਣੀ ਦਾ ਪਾਠ ਨਹੀਂ ਕਰ ਪਾਉਂਦੇ ਤਾਂ ਘੱਟੋ ਘੱਟ ਹਫ਼ਤੇ ਦੇ ਵਿੱਚ ਇੱਕ ਵਾਰ ਤਾਂ ਸਾਡੇ ਘਰ ਦੇ ਵਿੱਚ ਇਹ ਬਾਣੀ ਦਾ ਪਾਠ ਸਾਨੂੰ ਕਰਨਾ ਚਾਹੀਦਾ ਹੈ ਨਾ। ਪੂਰਾ ਪਰਿਵਾਰ ਰਲ ਕੇ ਪਾਠ ਕਰ ਲਓ,
ਆਪਣੇ ਬੱਚਿਆਂ ਨੂੰ ਵੀ ਨਾਲ ਬਿਠਾਓ, ਪਰਿਵਾਰ ਦੇ ਬਾਕੀ ਮੈਂਬਰ ਜੋ ਗੁਰਬਾਣੀ ਦਾ ਪਾਠ ਕਰ ਸਕਦੇ ਆ ਉਹਨਾਂ ਨੂੰ ਵੀ ਕਹੋ ਕਿ ਆਓ ਸਾਰੇ ਰਲ ਕੇ ਸੁਖਮਨੀ ਸਾਹਿਬ ਜੀ ਦੀ ਬਾਣੀ ਦਾ ਪਾਠ ਕਰੀਏ। ਜੇਕਰ ਆਪਾਂ ਪੂਰਾ ਪਰਿਵਾਰ ਰਲ ਕੇ ਸੁਖਮਨੀ ਸਾਹਿਬ ਜੀ ਦੀ ਬਾਣੀ ਦਾ ਪਾਠ ਕਰਦੇ ਹਾਂ ਤਾਂ ਇਹਦੇ ਨਾਲ ਦੀ ਤਾਂ ਰੀਸ ਹੀ ਨਹੀਂ ਆ। ਪਰ ਜੇਕਰ ਤੁਹਾਡੇ ਨਾਲ ਕੋਈ ਵੀ ਹੋਰ ਸਾਥ ਨਹੀਂ ਦਿੰਦਾ ਤਾਂ ਘਰ ਦਾ ਕੋਈ ਇੱਕ ਜੀ ਹੀ ਆਪਣੇ ਘਰ ਦੇ ਵਿੱਚ ਗੁਰਬਾਣੀ ਦਾ ਇਹ ਪਾਠ ਕਰਨਾ ਸ਼ੁਰੂ ਕਰੇ। ਜੇ ਅੰਮ੍ਰਿਤ ਵੇਲੇ ਕਰ ਸਕਦੇ ਹੋ ਤਾਂ ਅੰਮ੍ਰਿਤ ਵੇਲੇ ਕਰੋ, ਜੇ ਅੰਮ੍ਰਿਤ ਵੇਲੇ ਦੇ ਵਿੱਚ ਸਮਾਂ ਨਹੀਂ ਮਿਲਿਆ ਤਾਂ ਦਿਨ ਦੇ ਵਿੱਚ ਕੋਈ ਵੀ ਸਮਾਂ ਤੁਸੀਂ ਚੁਣ ਲਓ, ਦੁਪਹਿਰ ਵੇਲੇ ਕਰ ਲਓ, ਸ਼ਾਮ ਵੇਲੇ ਕਰ ਲਓ, ਰਾਤ ਵੇਲੇ ਕਰ ਲਓ, ਕਿਉਂਕਿ ਸੁਖਮਨੀ ਸਾਹਿਬ ਜੀ ਦਾ ਪਾਠ ਕਰਨ ਦੇ ਲਈ ਸਾਨੂੰ ਸਮੇਂ ਦੀ ਕੋਈ ਪਾਬੰਦੀ ਨਹੀਂ ਆ। ਆਪਾਂ ਦਿਨ ਦੇ ਵਿੱਚ ਕਿਸੇ ਵੀ ਵੇਲੇ ਇਹ ਪਾਠ ਕਰ ਸਕਦੇ ਹਾਂ। ਅਤੇ ਜੇਕਰ ਤੁਸੀਂ ਹਰ ਰੋਜ਼ ਸੁਖਮਨੀ ਸਾਹਿਬ ਜੀ ਦੀ ਬਾਣੀ ਦਾ ਪਾਠ ਕਰਨਾ ਚਾਹੁੰਦੇ ਹੋ ਪਰ ਤੁਸੀਂ ਇੱਕ ਘੰਟਾ ਸਵਾ ਘੰਟਾ ਇੱਕੋ ਚੌਕੜੇ ਦੇ ਵਿੱਚ ਨਹੀਂ ਬੈਠ ਸਕਦੇ ਤਾਂ ਮਹਾਂਪੁਰਖ ਜੀ ਕਹਿੰਦੇ ਤੁਸੀਂ ਸੁਖਮਨੀ ਸਾਹਿਬ ਜੀ ਦੀ ਬਾਣੀ ਨੂੰ ਕਈ ਹਿੱਸਿਆਂ ਦੇ ਵਿੱਚ ਵੰਡ ਕੇ ਕਰ ਸਕਦੇ ਹੋ। ਜੇ ਚਾਹੋ ਤਾਂ ਤੁਸੀਂ ਚਾਰ ਚਾਰ ਅਸ਼ਟਪਦੀਆਂ ਦਾ ਪਾਠ ਹਰ ਰੋਜ਼ ਕਰ ਲਓ, ਜੇ ਅੱਠ ਕਰ ਸਕਦੇ ਹੋ ਤਾਂ ਹਰ ਰੋਜ਼ ਅੱਠ ਅੱਠ ਅਸ਼ਟਪਦੀਆਂ ਦਾ ਪਾਠ ਕਰੋ। ਸੁਖਮਨੀ ਸਾਹਿਬ ਜੀ ਦੀ ਬਾਣੀ ਦੀਆਂ ਕੁੱਲ 24 ਅਸ਼ਟਪਦੀਆਂ ਦਾ ਪਾਠ ਆ ਤਾਂ ਜੇ ਆਪਾਂ ਅੱਠ ਅੱਠ ਹਰ ਰੋਜ਼ ਕਰਾਂਗੇ ਤਾਂ ਆਪਾਂ ਤਿੰਨਾਂ ਦਿਨਾਂ ਦੇ ਵਿੱਚ ਸੁਖਮਨੀ ਸਾਹਿਬ ਜੀ ਦੀ ਬਾਣੀ ਦਾ ਸੰਪੂਰਨ ਪਾਠ ਕਰ ਲਵਾਂਗੇ। ਜੇ ਤੁਸੀਂ 6 ਅਸ਼ਟਪਦੀਆਂ ਰੋਜ਼ ਦੀਆਂ ਕਰਨਾ ਚਾਹੁੰਦੇ ਆ ਤਾਂ ਫਿਰ ਤੁਸੀਂ 4 ਦਿਨਾਂ ਦੇ ਵਿੱਚ ਕਰ ਲਓਗੇ। ਇਸ ਤਰ੍ਹਾਂ ਆਪਣਾ ਹਿਸਾਬ ਲਗਾ ਲਓ। ਮਹਾਂਪੁਰਖ ਜੀ ਤਾਂ ਇੱਥੋਂ ਤੀਕਰ ਕਹਿੰਦੇ ਕਿ ਹਰ ਰੋਜ਼ ਇੱਕ ਅਸ਼ਟਪਦੀ ਦਾ ਹੀ ਪਾਠ ਕਰ ਲਓ, ਸਵੇਰ ਵੇਲੇ ਕਰ ਲਓ, ਦੁਪਹਿਰ ਵੇਲੇ ਕਰ ਲਓ, ਸ਼ਾਮ ਵੇਲੇ ਕਰ ਲਓ, ਜਦੋਂ ਵੀ ਦਿਨ ਦੇ ਵਿੱਚ ਸਮਾਂ ਮਿਲਦਾ ਹੈ ਨਾ ਉਦੋਂ ਹੀ ਕਰ ਲਓ। ਪਰ ਘਰ ਵਿੱਚ ਸੁਖਮਨੀ ਸਾਹਿਬ ਜੀ ਦੀ ਬਾਣੀ ਦਾ ਪਾਠ ਹੋਣਾ ਚਾਹੀਦਾ ਹੈ। ਜੇ ਇੱਕ ਇੱਕ ਅਸ਼ਟਪਦੀ ਦਾ ਪਾਠ ਕਰਨਾ ਸ਼ੁਰੂ ਕਰ ਦਈਏ ਤਾਂ ਵੀ ਆਪਾਂ 24 ਦਿਨਾਂ ਦੇ ਵਿੱਚ ਸੰਪੂਰਨ ਸੁਖਮਨੀ ਸਾਹਿਬ ਜੀ ਦੀ ਬਾਣੀ ਦਾ ਪਾਠ ਕਰ ਲਵਾਂਗੇ। ਸ਼ੁਰੂਆਤ ਤਾਂ ਕਰੀਏ, ਬਾਕੀ ਕਿਰਪਾ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪੇ ਹੀ ਕਰ ਦੇਣਗੇ। ਸ਼ੁਰੂਆਤ 1 ਤੋਂ ਕਰ ਲਓ, 2 ਤੋਂ ਕਰ ਲਓ, 4 ਤੋਂ ਕਰ ਲਓ, 6 ਤੋਂ ਕਰ ਲਓ, ਇਹ ਤੁਹਾਡੀ ਮਰਜ਼ੀ ਆ। ਬਸ ਧਿਆਨ ਇੰਨਾ ਰਵੇ ਕਿ ਜਦੋਂ ਵੀ ਆਪਾਂ ਗੁਰਬਾਣੀ ਦਾ ਕੋਈ ਵੀ ਪਾਠ ਕਰਦੇ ਹਾਂ ਤਾਂ ਸਾਡਾ ਆਪਣੇ ਸਤਿਗੁਰੂ ਸੱਚੇ ਪਾਤਸ਼ਾਹ ਦੇ ਪ੍ਰਤੀ ਭਰੋਸਾ ਪੂਰਾ ਹੋਵੇ। ਇੱਕ ਮਨ ਇੱਕ ਚਿੱਤ ਹੋ ਕੇ ਗੁਰਬਾਣੀ ਦਾ ਪਾਠ ਕਰੀਏ, ਸਮਝ ਸਮਝ ਕੇ ਪਾਠ ਕਰੀਏ। ਸੁਖਮਨੀ ਸਾਹਿਬ ਜੀ ਦੀ ਬਾਣੀ ਤਾਂ ਇੰਨੀ ਸਰਲ ਆ ਕਿ ਜਦੋਂ ਆਪਾਂ ਪਿਆਰ ਦੇ ਨਾਲ ਪਾਠ ਕਰਦੇ ਹਾਂ, ਇੱਕ ਮਨ ਇੱਕ ਚਿੱਤ ਹੋ ਕੇ ਪਾਠ ਕਰਦੇ ਹਾਂ, ਸਮਝ ਸਮਝ ਕੇ ਕਰਦੇ ਹਾਂ ਤਾਂ ਸਾਨੂੰ ਨਾਲ ਦੀ ਨਾਲ ਅਰਥ ਸਮਝ ਆਉਂਦੇ ਆ ਕਿ ਗੁਰੂ ਸਾਹਿਬ ਜੀ ਸਾਨੂੰ ਕੀ ਸਮਝਾ ਰਹੇ ਨੇ। ਜਿੱਥੇ ਨਾ ਸਮਝ ਆਵੇ ਨਾ ਉਸ ਬਾਣੀ ਦੀ ਪੰਗਤੀ ਨੂੰ ਤੁਸੀਂ 5 ਵਾਰ ਠਹਿਰਾ ਕੇ ਪੜਿਆ ਕਰੋ। ਜਦੋਂ ਇੱਕ ਪੰਗਤੀ ਨੂੰ ਆਪਾਂ 1 ਵਾਰ, 2 ਵਾਰ ਜਾਂ ਵਾਰ ਵਾਰ ਪੜ੍ਹਦੇ ਹਾਂ ਤਾਂ ਅਰਥ ਸਮਝ ਆ ਜਾਂਦੇ ਨੇ, ਆਪਾਂ ਹੀ ਕਾਲੇ ਪੈ ਜਾਂਦੇ ਹਾਂ, ਆਪਾਂ ਜਲਦੀ ਜਲਦੀ ਪਾਠ ਕਰਕੇ ਕੰਮ ਨਿਬੇੜ ਦਿੰਦੇ ਹਾਂ। ਪਰ ਜੇ ਆਰਾਮ ਦੇ ਨਾਲ ਬਾਣੀ ਦਾ ਪਾਠ ਕਰੀਏ ਤਾਂ ਸਾਰੀ ਸਮਝ ਆਉਂਦੀ ਆ। ਤਾਂ ਅੱਜ ਦੀ ਵੀਡੀਓ ਬਣਾਉਣ ਦਾ ਮਕਸਦ ਸਿਰਫ ਇਹ ਸੀ ਕਿ ਜੇਕਰ ਆਪਾਂ ਚਾਹੁੰਦੇ ਹਾਂ ਕਿ ਆਪਣੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਬਰਕਤਾਂ ਹਾਸਲ ਕਰੀਏ ਤਾਂ ਸਭ ਤੋਂ ਪਹਿਲਾਂ ਤਾਂ ਸਾਡਾ ਅੰਮ੍ਰਿਤ ਵੇਲਾ ਪੱਕਾ ਹੋਵੇ, ਭਾਵ ਕਿ ਹਰ ਰੋਜ਼ ਅੰਮ੍ਰਿਤ ਵੇਲੇ ਦੇ ਵਿੱਚ ਉੱਠੀਏ। ਇਹ ਨਹੀਂ ਵੀ ਅੱਜ ਉੱਠ ਪਏ ਕੱਲ੍ਹ ਨੂੰ ਨਹੀਂ ਉੱਠੇ, ਇੱਦਾਂ ਨਹੀਂ, ਹਰ ਰੋਜ਼ ਅੰਮ੍ਰਿਤ ਵੇਲੇ ਉੱਠਣਾ ਹੈ, ਲਗਾਤਾਰ ਉੱਠਣਾ ਹੈ ਅਤੇ ਅੰਮ੍ਰਿਤ ਵੇਲੇ ਦਾ ਆਪਣਾ ਨਿਤਨੇਮ ਪੱਕਾ ਕਰਨਾ ਹੈ। ਨਿਤਨੇਮ ਉਹੀ ਆ ਜੋ ਨਿਤ ਨਿਤ ਕਰੀਏ। ਜੇ 5 ਬਾਣੀਆਂ ਦਾ ਨਿਤਨੇਮ ਕਰ ਸਕਦੇ ਹਾਂ ਤਾਂ ਬੜੀ ਸੋਹਣੀ ਗੱਲ ਆ। ਜੇ ਅਜੇ ਤੱਕ 5 ਬਾਣੀਆਂ ਦਾ ਨਿਤਨੇਮ ਨਹੀਂ ਕਰ ਸਕਦੇ ਤਾਂ ਜਪਜੀ ਸਾਹਿਬ ਜੀ ਦੀ ਬਾਣੀ ਤੋਂ ਸ਼ੁਰੂਆਤ ਕਰ ਲਈਏ। ਕੁਝ ਭੈਣ ਭਰਾ ਕਹਿ ਦਿੰਦੇ ਨੇ ਜਾਪ ਸਾਹਿਬ ਜੀ ਦੀ ਬਾਣੀ ਪੜ੍ਹਨੀ ਔਖੀ ਲੱਗਦੀ ਆ, ਤਾਂ ਉਹ ਨਾਲ ਨਾਲ ਆਪਣੇ ਮੋਬਾਈਲ ਦੇ ਉੱਪਰ ਲਗਾ ਲਓ,
ਸੁਣ ਸੁਣ ਕੇ ਕਰੋ, ਪਰ ਆਪਣਾ ਅੰਮ੍ਰਿਤ ਵੇਲੇ ਦਾ ਨਿਤਨੇਮ ਪੱਕਾ ਜ਼ਰੂਰ ਕਰੋ। ਜੋ ਘੱਟ ਪੜ੍ਹੇ ਲਿਖੇ ਨੇ ਉਹ ਵਾਹਿਗੁਰੂ ਜੀ ਦਾ ਸਿਮਰਨ ਤੇ ਮੂਲ ਮੰਤਰ ਜੀ ਦਾ ਜਾਪ ਕਰ ਸਕਦੇ ਆ, ਅਤੇ ਨਾਲ ਨਾਲ ਸੁਖਮਨੀ ਸਾਹਿਬ ਜੀ ਦੀ ਬਾਣੀ ਨੂੰ ਜ਼ਰੂਰ ਘਰ ਦੇ ਵਿੱਚ ਪੜ੍ਹਨਾ ਹੈ, ਪਾਠ ਕਰਨਾ ਹੈ। ਜੇ ਕੋਈ ਪੜ੍ਹ ਨਹੀਂ ਸਕਦਾ ਉਹ ਸੁਣ ਲਵੇ। ਜੇ ਆਪਾਂ ਬੈਠ ਕੇ ਆਰਾਮ ਦੇ ਨਾਲ ਸੁਣਦੇ ਹਾਂ, ਸੁਣਨ ਦਾ ਉਦੋਂ ਵੀ ਵੱਧ ਲਾਭ ਆ। ਘਰ ਦੇ ਵਿੱਚ ਗੁਰਬਾਣੀ ਦਾ ਪਾਠ ਕਰਨਾ ਜਾਂ ਸੁਣਨਾ ਸ਼ੁਰੂ ਕਰੀਏ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਬੇਅੰਤ ਕਿਰਪਾ ਹੋਣੀ ਸ਼ੁਰੂ ਹੋ ਜਾਵੇਗੀ। ਤਾਂ ਜੇਕਰ ਅੱਜ ਦੀ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਆ ਤਾਂ ਤੁਸੀਂ ਇਹਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਜੀ, ਤਾਂ ਜੋ ਇਹ ਮੈਸੇਜ ਹੋਰ ਵੀ ਭੈਣ ਭਰਾਵਾਂ ਤੱਕ ਪਹੁੰਚ ਸਕੇ। ਕਿਉਂਕਿ ਕਈ ਭੈਣ ਭਰਾ ਸੁਖਮਨੀ ਸਾਹਿਬ ਜੀ ਦੀ ਬਾਣੀ ਦਾ ਪਾਠ ਇਸੇ ਕਰਕੇ ਨਹੀਂ ਕਰਨਾ ਸ਼ੁਰੂ ਕਰਦੇ, ਕਿਉਂਕਿ ਉਹ ਕਹਿੰਦੇ ਆ ਸਾਡੇ ਤੋਂ ਇੱਕ ਘੰਟਾ ਸਵਾ ਘੰਟਾ ਇੱਕੋ ਚੌਂਕੜੇ ਦੇ ਵਿੱਚ ਨਹੀਂ ਬੈਠਿਆ ਜਾਂਦਾ, ਜਾਂ ਫਿਰ ਇੰਨਾ ਸਮਾਂ ਅਸੀਂ ਨਹੀਂ ਕੱਢ ਪਾਉਂਦੇ। ਤਾਂ ਉਹਨਾਂ ਦੇ ਅੱਗੇ ਬੇਨਤੀ ਆ ਕਿ ਉਹ ਸ਼ੁਰੂਆਤ ਕਰੋ, ਭਾਵੇਂ ਰੋਜ਼ ਰੋਜ਼ ਦੀ ਇੱਕ ਅਸ਼ਟਪਦੀ ਦਾ ਪਾਠ ਕਰ ਲਓ, ਅਤੇ ਕੋਸ਼ਿਸ਼ ਕਰੋ ਕਿ ਹਰ ਐਤਵਾਰ ਵਾਲੇ ਦਿਨ ਤਾਂ ਆਪਾਂ ਆਪਣੇ ਘਰ ਦੇ ਵਿੱਚ ਇਹ ਬਾਣੀ ਜ਼ਰੂਰ ਪੜ੍ਹੀਏ, ਕਿਉਂਕਿ ਐਤਵਾਰ ਛੁੱਟੀ ਵਾਲਾ ਦਿਨ ਆ, ਬੱਚੇ ਵੀ ਘਰ ਨੇ, ਬਾਕੀ ਪਰਿਵਾਰ ਦੇ ਮੈਂਬਰ ਵੀ ਘਰ ਹੀ ਨੇ। ਤਾਂ ਜੇ ਆਪਾਂ ਰਲ ਕੇ ਪਾਠ ਕਰ ਲਈਏ ਤਾਂ ਸਾਰਿਆਂ ਨਾਲੋਂ ਵਧੀਆ ਗੱਲ ਆ, ਜੇ ਰਲ ਕੇ ਨਹੀਂ ਕਰ ਸਕਦੇ ਤਾਂ ਘਰ ਦਾ ਕੋਈ ਇੱਕ ਜੀ ਹੀ ਕਰੇ। ਐਤਵਾਰ ਵਾਲੇ ਦਿਨ ਗੁਰੂ ਘਰੇ ਜ਼ਰੂਰ ਜਾਓ। ਗੁਰੂ ਘਰ ਵੀ ਸਾਨੂੰ ਰੋਜ਼ ਜਾਣਾ ਚਾਹੀਦਾ ਹੈ, ਪਰ ਜਿਹੜੇ ਕੰਮਾਂ ਕਾਰਾਂ ਵਾਲੇ ਨੇ, ਨੌਕਰੀ ਪੇਸ਼ਾ ਨੇ, ਉਹ ਹਰ ਰੋਜ਼ ਗੁਰੂ ਘਰੇ ਨਹੀਂ ਜਾ ਪਾਉਂਦੇ। ਉਹਨਾਂ ਨੂੰ ਚਾਹੀਦਾ ਵੀ ਉਹ ਐਤਵਾਰ ਵਾਲਾ ਦਿਨ ਜ਼ਰੂਰ ਕੱਢੋ। ਜਿੰਨਾ ਹੀ ਆਪਾਂ ਆਪਣੇ ਗੁਰੂ ਦੇ ਲਈ ਸਮਾਂ ਕੱਢਦੇ ਹਾਂ, ਸਤਿਗੁਰ ਸੱਚੇ ਪਾਤਸ਼ਾਹ ਜੀ ਉਨਾ ਹੀ ਸਾਡੇ ਉੱਤੇ ਮਿਹਰਬਾਨ ਹੁੰਦੇ ਨੇ। ਜੋ ਮਨੁੱਖ ਆਪਣੇ ਹਰ ਕੰਮ ਦੇ ਵਿੱਚ ਆਪਣੇ ਗੁਰੂ ਸਾਹਿਬ ਜੀ ਨੂੰ ਅੱਗੇ ਰੱਖਦੇ ਨੇ, ਉਹਨਾਂ ਦੇ ਕੰਮਾਂ ਕਾਰਾਂ ਦੇ ਵਿੱਚ ਬਰਕਤਾਂ ਜ਼ਰੂਰ ਪੈਂਦੀਆਂ ਨੇ।